ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੀਆਂ ਮੁਹੰਮਦ ਅਫਜ਼ਲ ਬੱਟੂ, ਅਤੇ ਅੱਜ ਮੈਂ ਤੁਹਾਡੇ ਵਾਸਤੇ ਲਿਆ ਜਨਾਬ ਬਿਲਾਰਸ 510 ਅਤੇ ਪਿੱਛੇ ਲੇਜ਼ਰ ਹੈ ਜਨਾਬ ਮਲਟੀ ਲੇਜ਼ਰ ਕੰਪਨੀ ਦਾ, ਅਤੇ ਜਗ੍ਹਾ ਤਿਆਰ ਕਰਦੇ ਪਏ ਜਨਾਬ ਪਨੀਰੀ ਵਾਸਤੇ, ਅਤੇ ਤਕਰੀਬਨ ਜਗ੍ਹਾ ਹੈ 1.5 ਕਨਾਲ। ਅੱਛਾ, ਕਰ ਲਓ ਜਨਾਬ। ਜ਼ਮੀਨ ਪਨੀਰੀ ਵਾਸਤੇ ਜਨਾਬ ਬਰਾਬਰ ਤਿਆਰ ਹੋਵੇ ਅਤੇ ਪਨੀਰੀ ਬੜੀ ਸੋਹਣੀ ਜੰਮਦੀ ਹੈ, ਅਤੇ ਬਰਾਬਰ ਹੀ ਜੰਮਦੀ ਹੈ ਦੋਸਤੋ। ਅੱਛਾ, ਕਰ ਲਓ। ਵੈਸੇ ਵੀ ਅਗਰ ਤੁਸੀਂ ਮੁੰਜੀ ਲਗਾਉਣੀ ਹੋਵੇ ਜਾਂ ਕੋਈ ਵੀ ਫਸਲ ਲਗਾਉਣੀ ਹੋਵੇ, ਕੰਪਿਊਟਰ ਕਰਾ ਤੁਸੀਂ ਅਗਰ ਫੇਰ ਲਓਗੇ ਤਾਂ ਫਿਰ ਉਸ ਦੇ ਵਿੱਚ ਤੁਹਾਨੂੰ ਫਾਇਦਾ ਹੋਵੇਗਾ, ਪਾਣੀ ਥੋੜ੍ਹਾ ਲੱਗੇਗਾ ਅਤੇ ਬੱਚਤ ਜ਼ਿਆਦਾ ਹੋਵੇਗੀ। ਦੋਹਰਾ ਚੈੱਕ ਕਰ ਲਓ ਜਨਾਬ, ਬਿਲਕੁਲ ਪੂਰਾ ਪੂਰਾ ਲੇਜ਼ਰ ਲਗਾਉਂਦਾ ਪਿਆ। ਅੱਜ ਕੱਲ੍ਹ ਸਾਡੇ ਇਲਾਕੇ 'ਚ 1200-1300 ਰੁਪਇਆ 1 ਘੰਟੇ ਦਾ ਕਿਰਾਇਆ ਲੈਂਦੇ ਨੇ ਜਨਾਬ ਲੇਜ਼ਰ ਵਾਲੇ ਦੋਸਤ। ਚੁੰਡਾ ਸੈੱਟ ਕਰਦਾ ਪਿਆ ਦੋਸਤੋ, ਐਹ ਪਹਿਲੇ ਕਰ ਲਈ ਹੈ ਅਤੇ ਹੁਣ ਫਿਰ ਮੇਰਾ ਖਿਆਲ ਦੂਸਰੀ ਸੈੱਟ ਦੀ ਕਰੇਗਾ। ਦੋਸਤੋ, ਅਗਰ ਮੁੰਜੀ ਲਗਾਉਣੀ ਹੋਵੇ ਜਾਂ ਕੋਈ ਵੀ ਫਸਲ ਲਗਾਉਣੀ ਹੋਵੇ ਤਾਂ ਲਾਜ਼ਮੀ ਜਨਾਬ ਲੇਜ਼ਰ ਦਾ ਇਸਤੇਮਾਲ ਕਰਾਓ। ਅਗਰ ਆਪਣਾ ਹੈ ਤਾਂ ਵੈਰੀ ਗੁੱਡ, ਅਗਰ ਨਹੀਂ ਆਪਣਾ ਤਾਂ ਫਿਰ ਕਿਰਾਇਆ ਤਾਂ ਲਾਜ਼ਮੀ ਇਹਦਾ ਕਿਰਾਇਆ ਪੇ ਕਰੋ ਅਤੇ ਲੇਜ਼ਰ ਫੇਰ ਕੇ ਕੋਈ ਵੀ ਫਸਲ ਬੀਜਣੀ ਹੈ ਫਿਰ ਬੀਜੋ, ਤਾਂ ਕਿ ਪਾਣੀ ਦੀ ਜਿਹੜੀ ਹੈ ਉਹਦੀ ਵੀ ਬੱਚਤ ਹੋਵੇ ਅਤੇ ਫਸਲ ਵੀ ਚੰਗੀ ਹੋਵੇਗੀ।
जगह जनाब मुकम्मल हो गई दोस्तों, तो हम मैं थोड़े सारे दोस्तों की इजाजत चाहना मेजबान मियाँ मुहम्मद अफजल भट्टू। अल्लाह हाफिज। पाकिस्तान जिंदाबाद।